ਸਾਹਿਬ ਮਨਪ੍ਰੀਤ ਸਿੰਘ ਬਾਦਲ ਦੀ ਬੱਸ ਫੜੀ ਹੈ, ਕੀ 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 ਢਿੱਲੋਂ ਦੀ ਬੱਸ ਫੜੀ ਹੈ, ਕੀ ਉਹਨਾਂ ਦੀ ਫੜੀ ਹੈ, ਇਕੱਲਾ ਪੋਲੀਟੀਕਲ। ਮੈਂ ਤਾਂ ਅੱਜ ਤੱਕ ਨਹੀਂ ਮੈਂ ਇਸ਼ੂ ਗ੍ਰੇਸ ਕੀਤਾ, ਕਿਉਂ ਅਸੀਂ ਪਰਵਾਹ ਹੀ ਨਹੀਂ ਕਰਦੇ। ਸੈਂਟਰ ਸਰਕਾਰ ਨੇ 10 ਰੁਪਏ ਲੀਟਰ ਡੀਜ਼ਲ, 5 ਰੁਪਏ ਲੀਟਰ ਪੈਟਰੋਲ ਸਸਤਾ ਕੀਤਾ ਹੈ, ਬਾਕੀ ਸਾਰੀਆਂ ਹੀ ਕਾਫੀ ਸੂਬਿਆਂ ਨੇ 10-10 ਰੁਪਏ ਘਟਾਤੇ ਹੈ। ਡਾਈਟਲਰ ਵਰਗੇ ਸਾਰੇ ਦੋਸ਼ੀ ਅੰਦਰ ਹੋਣੇ ਚਾਹੀਦੇ ਹੈ, ਤੇ ਜਿੰਨੇ ਹੋਰ ਕਾਤਲ ਇਨਵੋਲਵ ਹੈ ਉਹਨਾਂ ਨੂੰ ਅੰਦਰ ਕੀਤਾ ਜਾਏ। ਆ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ ਪੰਜਾਬ ਦੀ ਅਸੈਂਬਲੀ 'ਚ। ਮੈਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ 8 ਤਰੀਕ ਨੂੰ ਸਪੈਸ਼ਲ ਸੈਸ਼ਨ ਬਣਾਇਆ ਗਿਆ, ਉਸ ਦਿਨ ਇੱਕ ਸਪੈਸ਼ਲ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ ਪੰਜਾਬ ਦੀ ਅਸੈਂਬਲੀ ਨੂੰ ਕਿ ਪੰਜਾਬੀ ਜੋ ਕਤਲੇਆਮ 84 'ਚ ਹੋਇਆ ਉਹਨੂੰ ਸਟਰੋਂਗਲੀ ਕੰਡੈਮ ਕਰਦੇ ਹੈ। ਗਾਂਧੀ ਪਰਿਵਾਰ ਦੇ ਖਿਲਾਫ ਜਿਨ੍ਹਾਂ ਦੇ ਹੁਕਮ 'ਤੇ ਆ ਕਤਲੇਆਮ ਕਿਹਾ ਉਹਨਾਂ ਖਿਲਾਫ ਕੇਸ ਰਜਿਸਟਰ ਹੋਣਾ ਚਾਹੀਦਾ। ਟਾਈਟਲਰ ਵਰਗੇ ਸਾਰੇ ਦੋਸ਼ੀ ਅੰਦਰ ਹੋਣੇ ਚਾਹੀਦੇ ਹੈ, ਤੇ ਜਿੰਨੇ ਹੋਰ ਕਾਤਲ ਇਨਵੋਲਵ ਹੈ ਉਹਨਾਂ ਨੂੰ ਅੰਦਰ ਕੀਤਾ ਜਾਏ। ਆ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ ਪੰਜਾਬ ਦੀ ਅਸੈਂਬਲੀ 'ਚ। ਜੇ ਹਿੰਮਤ ਹੈ ਕਾਂਗਰਸ ਦੀ, ਜੇ ਉਹਨਾਂ ਵਿੱਚ ਜਿਹੜੇ ਆਪਣੇ ਪੰਜਾਬ ਦੇ ਦਰਦ ਹੈ, ਕੌਮ ਦਾ ਦਰਦ ਹੈ, ਉਹਨਾਂ ਵਿੱਚ ਆਪਣਾ ਖੂਨ ਹੈ, ਜੇ ਹਿੰਮਤ ਹੈ ਤਾਂ ਆ ਰੈਜ਼ੋਲੂਸ਼ਨ ਜ਼ਰੂਰ ਲੈ ਕੇ ਆਉਣ। ਸ਼੍ਰੋਮਣੀ ਅਕਾਲੀ ਦਲ ਦੇ MLA ਆ ਰੈਜ਼ੋਲੂਸ਼ਨ ਲੈ ਕੇ ਆਉਣਗੇ, ਆ ਯੂਨੈਨਮਸਲੀ ਪਾਸ ਹੋਣਾ ਚਾਹੀਦਾ। ਦੂਜੀ ਗੱਲ, ਜਿਹੜੇ ਬੇਚਾਰੇ ਪਰਿਵਾਰ ਹੈ ਜਿਨ੍ਹਾਂ ਦਾ 37 ਸਾਲ ਇਨਸਾਫ ਨਹੀਂ ਮਿਲਿਆ, ਪਰਮਾਤਮਾ ਮਿਹਰ ਕਰੇ ਸਰਕਾਰ ਬਣੇ। ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ, ਇੱਕ ਤਾਂ ਇਹਨਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਊਗਾ ਜਿਹਦੇ ਰਾਹੀਂ ਆਪਣੀਆਂ ਜਿੰਨੀਆਂ ਵੀ ਇਹਨਾਂ ਪਰਿਵਾਰਾਂ ਦੀ ਸਮੱਸਿਆ ਉਹ ਆਪ ਹੀ ਫੈਸਲਾ ਕਰਕੇ ਉੱਥੇ ਹੱਲ ਕਰ ਸਕਣ। ਇੱਕ ਸਪੈਸ਼ਲ ਫੰਡ ਐਲੋਕੇਸ਼ਨ ਹੋਊਗਾ ਜਿਹੜੇ ਉਸ ਬੋਰਡ ਵਿੱਚ ਆਪਣੀ ਮਦਦ ਕਰ ਸਕਣ। ਜਿਹੜੀ ਇਹਨਾਂ ਦੇ ਮਸਲੇ ਹੈ, ਨੌਕਰੀ ਦਾ ਮਸਲਾ ਹੈ, ਜਿਹੜੇ ਇਹਨਾਂ ਦੇ ਮਕਾਨਾਂ ਦੇ ਮਸਲੇ ਹੈ, ਉਹ ਅਸੀਂ ਪਹਿਲੀ ਕੈਬਨਿਟ ਮੀਟਿੰਗ 'ਚ ਹੱਲ ਕਰਾਵਾਂਗੇ। ਅਤੇ ਅੱਜ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਸਰਕਾਰ ਨੂੰ। ਸੈਂਟਰ ਸਰਕਾਰ ਨੇ 10 ਰੁਪਏ ਲੀਟਰ ਡੀਜ਼ਲ, 5 ਰੁਪਏ ਲੀਟਰ ਪੈਟਰੋਲ ਸਸਤਾ ਕੀਤਾ ਹੈ, ਬਾਕੀ ਸਾਰੀਆਂ ਹੀ ਕਾਫੀ ਸੂਬਿਆਂ ਨੇ 10-10 ਰੁਪਏ ਘਟਾਤੇ ਹੈ। ਸੋ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਅੱਜ ਅਨਾਊਂਸ ਕਰਨਾ ਚਾਹੀਦਾ ਹੈ 10 ਰੁਪਏ ਲੀਟਰ ਡੀਜ਼ਲ ਅਤੇ 10 ਰੁਪਏ ਲੀਟਰ ਪੈਟਰੋਲ ਸਸਤਾ ਕੀਤਾ ਜਾਏ। ਆਹ ਸਾਰੇ ਪੰਜਾਬੀ ਡਿਮਾਂਡ ਕਰਦੇ ਹੈ ਇਸ ਪੰਜਾਬ ਦੀ ਸਰਕਾਰ ਨੂੰ। ਪੰਜਾਬ ਦੀ ਸਰਕਾਰ ਨੇ ਆਪ ਕਿਹਾ ਕਿ ਸਾਡੇ ਕੋਲ ਖਜ਼ਾਨਾ ਭਰਿਆ, ਜੇ ਖਜ਼ਾਨਾ ਭਰਿਆ ਅਤੇ ਜਿੰਨੇ ਵੱਡੇ ਟੈਕਸ ਲਾਏ ਹੈ, ਸੈਂਟਰ ਨੇ ਲਾਏ ਸੀ ਟੈਕਸ, ਅਸੀਂ ਉਹਨਾਂ ਦੀ ਨਿੰਦਾ ਕੀਤੀ ਸੀ, ਪਰ ਅੱਜ ਉਹਨਾਂ ਨੇ 10-10 ਰੁਪਏ ਰਿਲੀਫ ਦਿੱਤੀ ਹੈ। ਜਿਹੜੇ ਪੰਜਾਬ ਦੀ ਸਰਕਾਰ ਨੇ ਟੈਕਸ ਲਾਇਆ, ਦੂਜੀਆਂ ਸੂਬਿਆਂ ਨੇ ਘਟਾ ਤੇ, ਪੰਜਾਬ ਦੀ ਸਰਕਾਰ ਇਮੀਡੀਏਟਲੀ 10 ਰੁਪਏ ਲੀਟਰ ਡੀਜ਼ਲ ਅਤੇ 10 ਰੁਪਏ ਲੀਟਰ ਪੈਟਰੋਲ ਘਟਾਏ। ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਜਿਸ ਇਨਸਾਨ ਨੇ ਝੂਠ ਤੇ ਬੁਨਿਆਦ ਤੇ ਪੰਜਾਬ ਦੀ ਸਰਕਾਰ ਬਣਾਈ, ਪੰਜਾਬ ਦਾ ਬੱਚਾ ਬੱਚਾ ਜਾਣਦਾ, ਪੰਜਾਬ ਦਾ ਜਾਣਦਾ ਕਿ ਇਹਨੇ ਝੂਠ ਬੁਲਾਉਣਾ। ਅੱਜ ਵਿਸ਼ਵਕਰਮਾ ਦਿਨ ਹੈ, ਮੈਂ ਅੱਜ ਆਹ ਵੀ ਐਲਾਨ ਕਰਦਾ ਕਿ ਜਦੋਂ ਸਾਡੀ ਸਰਕਾਰ ਆਏਗੀ, ਵਿਸ਼ਵਕਰਮਾ ਜੀ ਮਹਾਰਾਜ ਦੇ ਨਾਂ 'ਤੇ ਇੱਕ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਬਣਾਈ ਜਾਊਗੀ ਲੁਧਿਆਣੇ, ਇੱਥੇ ਨੇੜੇ ਤੇੜੇ, ਜਿਹਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਕੀਤੀ ਜਾਊਗੀ, ਭਾਵੇਂ ਮੇਸਨਸ ਹੈ ਭਾਵੇਂ ਟੈਕਨੀਕਲ ਹੈ, ਕਿਉਂਕਿ ਅੱਜ ਲੋੜ ਹੈ ਉਹ ਜਿਹੇ ਸਕਿੱਲਸ ਦੀ ਜਿਹਦੇ 'ਚ ਜੋਬ ਕ੍ਰੀਏਸ਼ਨ ਹੋਏ, ਜੋਬ ਇੰਪਲੀਮੈਂਟੇਸ਼ਨ। ਇੱਕ ਬਹੁਤ ਵੱਡੀ ਯੂਨੀਵਰਸਿਟੀ ਉਹਨਾਂ ਦੇ ਨਾਂ 'ਤੇ ਹੋਊਗੀ ਜਿਹਦੇ ਨਾਲ ਆਪਾਂ ਨੌਜਵਾਨ ਅਗਲੀ ਪੀੜ੍ਹੀ ਦੇ ਤਿਆਰ ਕਰ ਸਕੀਏ, ਉਹ ਜੀ ਸਕਿੱਲਸ ਨਾਲ ਜਿਹਦੇ ਨਾਲ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
कभी लड़ाई करते हैं, कभी तारीफ करते हैं, अभी वो तारीफ करना शुरू करते हैं मुख्यमंत्री। देखो कितने दिन होता है, वो मिसाइल मिसगाइडेड है, देखेगी अब तैयारी कर रही है, अभी तो लॉन्चिंग का तैयारी कर रही है, लॉन्च होने वाली है। तुसी कल दसो उन्हें कीता की है कि किसी कांग्रेस के किसी भी बंदे की बस फड़ी है, उन्होंने की किया है, उन्होंने कहा रिटन ऑर्डर सी कि कोरोना दे विच तुसी 50% ऑक्यूपेंसी दी चलाओ, मतलब की है टैक्स 50% लगेगा या घट लगेगा, तो किस वास्ते फड़ रहे हैं? एक भी बस जी फड़ी है वो बगैर परमिट ते नहीं है, इलीगल। मैं वही कहना चाहना कि सर मनप्रीत सिंह बादल दी बस है फड़ी है कि ढिल्लो दी बस फड़ी है कि उन्हां दी फड़ी है, कल्ला पोलिटिकल। मैं ताइयों अज तक नहीं मैं इशू ग्रेस किया, क्यों असीं परवाह ही नहीं करते, जो करना चाह करना पूरा करन कर लैण। देश दुनिया की हर वड्डी खबर नाल जुड़े रहने लई साडे YouTube चैनल नूं सबसक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो Facebook ते देख रहे हो तो इसनूं लाइक जरूर करो और ज्यादा तो ज्यादा शेयर भी करो। धन्यवाद।